ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਛੀਨਾ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਮਹਿਤੇ ਰੋਡ ਦੇ ਉੱਤੇ ਵੀਰ ਜੀ ਉਹਨਾਂ ਦਾ ਪਿੰਡ ਆ, ਨਾਲ ਅੱਡਾ ਜਿਹੜਾ ਨਵਾਂ ਪਿੰਡ ਅੱਡਾ ਲੱਗਦਾ ਹੈ, ਡੱਡੂਆਣਾ ਵੀ ਲੱਗ ਗਿਆ, ਗੁਰੂ ਰਾਮਦਾਸ ਹੋਸਪਿਟਲ ਵੀ ਜਿਹੜਾ ਲੱਗ ਗਈ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਕਿੱਦਾਂ ਵੀਰ ਜੀ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਵੀਰ ਜੀ, ਵਧੀਆ। ਚਲੋ ਵਧੀਆ ਚਾਹੀਦਾ, ਵੇਖ ਗਿਆ ਉਦਨ ਮਾਲ ਫਿਰ? ਉਹ ਤਾਂ ਵੀਰ ਜੀ ਐਵੇਂ ਅੱਧੇ ਘੰਟੇ ਦਾ ਬਸ ਕੰਮ ਹੋਇਆ ਵੇ। ਅੱਛਾ, ਹਾਂਜੀ ਠੀਕ ਆ। ਚਲੋ ਇਹ ਆ ਕਿ ਮਾਲ ਵੀ ਚਲੋ ਉਦਨ ਗਿਆ ਜੀ ਆਪਣਾ, ਬਾਅਦ ਵੀ ਮੈਂ ਉਹਨਾਂ ਨੂੰ, ਚਲੋ ਨਾ ਚੋਈਆਂ ਨੇ। ਅੱਛਾ, ਤੇ ਧਾਰਾ ਮਾਰ ਕੇ ਲੈ ਗਏ। ਅੱਛਾ, ਬਾਅਦ ਵੀ ਉਹਨਾਂ ਫੋਨ ਕੀਤਾ ਵੀ ਵੀਰ ਜੀ ਜੋ ਕਿਹਾ ਉਹ ਨਿਕਲਿਆ। ਠੀਕ ਆ, ਹਾਂਜੀ ਇਹ ਆ ਮਜ਼ਾ ਵੀ ਤਾਂ ਹੀ ਆ ਕੰਮ ਕਰਨ ਦਾ, ਜਿਹੜੀ ਚੀਜ਼ ਦੱਸੀਏ ਉਹੀ ਚੀਜ਼ ਨਿਕਲੇ ਜੀ। ਫਿਰ ਸਚਿਆਈ ਤਾਂ ਸਚਿਆਈ ਹੁੰਦੀ ਆ। ਹਾਂਜੀ ਹਾਂਜੀ, ਝੂਠ ਮਾਰਾਂਗੇ ਅੱਜ ਵੇਚ ਲਾਂਗੇ, ਕੱਲ ਉਹਨੇ ਦਹਾਂ ਨੂੰ ਕਹਿਣਾ ਇਹ ਵੀਰ ਕੋ ਨਾ ਲਿਓ। ਹਾਂਜੀ ਹਾਂਜੀ, ਫਿਰ ਇਹ ਤਰ੍ਹਾਂ ਆਪਣੀ ਮਾਰਕੀਟ ਖਰਾਬ ਹੁੰਦੀ ਆ। ਖਰਾਬ ਹੁੰਦੀ ਵੀਰ ਜੀ, ਤੁਹਾਡੇ ਸਾਹਮਣੇ ਤੁਸੀਂ ਆਉਂਦੇ ਜਿਹੜੀ ਵੀ ਚੀਜ਼ ਆ ਉਹੀ ਦੱਸ ਕੇ ਦੇਣੀ ਚਾਹੀਦੀ ਆ। ਪੰਜ ਗਾਵਾਂ ਹੁੰਦੀਆਂ ਤੇ ਚਾਰ ਉਹਨਾਂ ਚੋਂ ਵਿਕੀਆਂ ਹੁੰਦੀਆਂ, ਤੁਸੀਂ ਆਉਂਦੇ ਰਹੇ ਜੋ। ਹਾਂਜੀ ਹਾਂਜੀ ਹਾਂਜੀ, ਅੱਜ ਤੇ ਪਰ ਸਾਰੀਆਂ ਵਿਕਣ ਵਾਲੀਆਂ ਹਨ। ਹਾਂਜੀ ਸਚਿਆਈ ਆ ਤੇ ਤਾਂ ਹੀ ਵੇਖਦਾ ਵੀਰ ਜੀ। ਠੀਕ ਆ, ਕਮਾਈ ਕਰ ਲਓ ਪਰ ਸੱਚ ਦੱਸੋ। ਠੀਕ ਆ, ਤੇ ਪਹਿਲਾਂ ਆਪਣੇ ਕੋਲ ਤਿੰਨ ਸੀ, ਅੱਜ ਚਾਰ ਕਰ ਦਿੱਤੇ। ਇਹ ਕੋਣ ਹੱਲੇ ਵੀਰ ਜੀ, ਫਿਰ ਲਿਆਂਦੀ ਵੱਡੀ ਵੈੜ ਹੀ ਸ਼ੈੱਡ ਚੋਂ ਲਈ ਸੀ। ਠੀਕ ਆ ਜੀ, ਹਾਂਜੀ ਹੁਣ ਬੋਲਾ ਦੇ ਕੋਲ ਹੈਗਾ 17-18 ਕਿਲੋ। ਚਲੋ ਇੱਕ ਵਾਰੀ ਨਾਮ ਦੱਸ ਦਿਓ ਆਪਣਾ। ਨਾਮ ਕਾਕਾ, ਪਿੰਡ ਛੀਨਾ, ਮਹਿਤਾ ਰੋਡ ਦੇ ਵੀਰ ਜੀ, ਗੁਰੂ ਰਾਮਦਾਸ ਹਸਪੀਟਲ ਲੱਗੇ। ਠੀਕ ਆ ਜੀ, ਨਵਾਂ ਪਿੰਡ ਅੱਡਾ ਲੱਗਦਾ ਨਾ, ਨਵਾਂ ਪਿੰਡ ਅੱਡਾ ਲੱਗਦਾ, ਰੋਡ ਜਿਹੜਾ ਨਵਾਂ ਬਣਨ ਦਿਆ ਰੋਡ ਦੇ ਉੱਪਰ। ਹਾਂਜੀ ਹਾਂਜੀ, ਉਹ ਵੀ। ਠੀਕ ਆ ਜੀ, ਤੇ ਗਾਂ ਫਿਰ ਜਿਹੜੀ ਤਾਜ਼ੀ ਸੂਈ ਤੋਂ ਸ਼ੁਰੂਆਤ ਕਰ ਲਈਏ। ਹਾਂਜੀ, ਲਿਆ ਖੋਲੋ ਹਾਂ, ਫਿਰ ਉਹਨੂੰ ਬਾਹਰ ਲਿਆਈਏ। ਦੱਸੀਏ ਵੀਰ ਜੀ ਇਹਦੇ ਬਾਰੇ, ਕਿੰਨਵਾ ਸੂਆ ਇਹਦਾ? ਇਹ ਵੀਰ ਜੀ ਯਾਰ ਕੀ ਤੀਜੇ ਸੂਏ ਸੂਈ ਆ। ਅੱਛਾ, ਕਿੰਨਾ ਕੁ ਚਿਰ ਹੋਇਆ ਸੂਈ ਨੂੰ? ਇਹਨੂੰ ਵੀਰ ਜੀ ਇਹ ਪਰਸੋਂ ਦੀ ਸੂਈ ਆ। ਅੱਛਾ, ਇਹ ਜਿਹੜੀ ਕਹਿੰਦੇ ਹੁਣੇ ਆਈ ਆ, ਇਹ ਹੁਣੇ ਆਈ ਆ, ਪਾਸ ਕਰਕੇ ਲਿਆਂਦੀ ਹੁਣੇ। ਪਾਸ ਕਰਕੇ ਜਿਹੜੀ ਨਾ 7-8 ਕਿਲੋ ਚੋਈ ਆ। ਪਾਸ ਕਰਕੇ ਜਿਹੜੀ ਕਹਿੰਦੇ ਕਿ ਲਿਆਂਦੀ ਆ, ਕੁਛ ਚੁਆਈ ਇਹਦੀ ਹੋਈ ਆ, ਕੁਛ ਹੋਣ ਵਾਲੀ ਆ। ਪੂਰੇ ਕੱਦ ਵਜਨ ਵਾਲੀ ਵੀਰ ਜੀ, ਚੰਗੇ ਕੱਦ ਕਾਠ ਵਾਲੀ ਆ। ਹੱਲੇ ਕੀ ਇਹਦਾ ਕਹਿੰਦੇ ਕਿ ਕੋਈ ਕਿੰਨਾ ਕੁ ਵੀਰ ਜੀ ਦੁੱਧ ਚੋਇਆ ਹੋਊਗਾ ਉੱਥੇ? ਵੀਰ ਜੀ ਇਹ ਘੱਟੋ ਘੱਟ 7 ਕਿਲੋ ਚੋਈ ਉੱਥੇ, ਘੱਟੋ ਘੱਟ ਤੇ 7 ਕਿਲੋ ਦੁੱਧ ਕਹਿੰਦੇ ਕਿ ਚਵਾਈ ਹੋ ਗਿਆ ਆਈ ਹੈ। ਹਾਂ ਦੇਖ ਸਕਦੇ ਥਾਣੇ ਦੇ ਲਾਗੇ ਤੋਂ। ਦੱਸਾਂ ਵੀਰ ਜੀ ਇੱਦਾਂ ਹੀ ਨਾ ਵੀ ਤੁਸੀਂ ਕਹਿੰਦੇ ਸੀ ਆਉਣ ਡੇ ਆ, ਫਿਰ ਹਾਂਜੀ ਹਾਂਜੀ ਚਲੋ ਸਾਰੀ ਕੀ ਸਾਫ਼ ਕਰਦੀ ਥੋੜੀ ਚਲੋ ਦਿਖੇ ਵਿਖਲੇ। ਆਹੋ ਠੀਕ ਹੈ, ਇਸ ਕਰਕੇ ਇਹ ਹੈ ਕਿ ਪਾਸ ਕਰਕੇ ਤੁਸੀਂ ਲਿਆਂਦੇ ਜੇ ਖਾਲੀ ਨਹੀਂ ਕੀਤੀ। ਖਾਲੀ ਕਰ ਦੇਣੀ ਆ ਬਸ, ਤੁਹਾਡੇ ਹੁੰਦਿਆਂ ਭਾਵੇਂ ਕਰ ਦਈਏ। ਠੀਕ ਹੈ ਜੀ, ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ? ਇਹ ਵੀਰ ਜੀ ਉਹ ਤਾਂ ਕਹਿੰਦੇ 30 ਕਿਲੋ ਅਸੀਂ ਦੁੱਧ ਚਵਾਇਆ। ਅੱਛਾ, ਤੇ ਆਪਾਂ ਚਲੋ 30 ਨਹੀਂ ਕਹਿੰਦੇ, 25 ਕਿਲੋ ਵੀ ਕਰਦੇ ਬੜਾ ਦੁੱਧ ਹੁੰਦਾ। ਠੀਕ ਹੈ ਜੀ, ਬਾਕੀ ਦੁੱਧ ਸੇਵਾ ਦਾ ਵਾ। ਲਿਆ ਫਿਰ ਲੈ ਜਿਓ ਜੀ। ਹੁਣ ਮੌਕੇ ਤੇ ਕਿੰਨਾ ਜੇ? ਵੀਰ ਜੀ 17-18 ਕਿਲੋ ਬੋਲਾ ਹੋਊਗਾ, ਖੁੱਲਾ ਡੁੱਲਾ 17-18 ਲੀਟਰ ਜਿਹੜਾ ਇਹਦੇ ਕੋਲ ਬੋਲਾ ਹੀ ਦੱਸ ਦੇ ਮੌਕੇ ਤੇ, ਬਾਕੀ ਪੂਰੇ ਵੱਡੇ ਗੰਦ ਗੰਦ ਵਾਲੀ ਆ। ਬੱਚਾ ਕੀ ਜੇ ਇਹਦੇ ਮਗਰ? ਮਗਰ ਇਹਦੇ ਬੱਚਾ, ਉਹ ਬੱਚਾ ਜਿਹੜਾ ਵੀਰ ਜੀ ਉਹਨਾਂ ਨੇ ਥੱਲੇ ਛੱਡਿਆ ਵਾ, ਇਹਦਾ ਚਵਾ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ, ਤੇ ਰੱਸੀ ਵੀ ਪਾ ਲੈਣੀ ਹੁੰਦੀ। ਤੇ ਕੀ ਵੀਰ ਜੀ ਫਿਰ ਮੁੱਲ ਰੱਖਣਾ ਪੈਂਦਾ? ਵੀਰ ਜੀ ਮੁੱਲ ਤੇ ਇਹੋ ਜਿਹੀ ਵੈੜ ਤਾਂ ਕਰਦੇ 75,000 ਰੁਪਇਆ। ਅੱਛਾ, ਜਿਹੜਾ ਦੇਣ ਲੈਣ ਵਾਲਾ 65,000 ਚ ਮਾਨਦਾਨ ਵੇਚਦਾ ਕੋਈ ਵੀ ਕਰੇ ਹੁਣ ਕਰ। ਅੱਛਾ, 65,000 ਚ ਮਾਨਦਾਨ ਕਰ ਦੋਗੇ ਤੇ ਦੁੱਧ 30 ਲੀਟਰ ਦੇ ਲੱਗੇ ਜਿਹੜਾ ਚਵਾ ਜੂਗੇ? 30 ਲੀਟਰ ਉਹਨਾਂ ਚੋਇਆ ਵਾ। ਅੱਛਾ, ਜਿੰਨਾ ਕੋ ਆਪਾਂ ਲਈ ਆ। ਅੱਛਾ, ਪਰ ਆਪਾਂ 30 ਲੀਟਰ ਦੀ ਗਾਰੰਟੀ ਨਹੀਂ ਦਿੰਦੇ। ਇਹ ਹੈਗਾ ਜਿਸ ਤਰ੍ਹਾਂ ਪਿਛਲਿਆਂ ਨੇ ਦੱਸਿਆ, ਵਧੀਆ ਸੇਵਾ ਉਹ 30 ਵੀ ਚੋ ਸਕਦਾ, 25 ਵੀ ਚੋ ਸਕਦਾ, ਨਹੀਂ ਤਾਂ 25-26 ਕਿਲੋ ਤੋਂ ਨਹੀਂ ਮਰਦੇ। ਅੱਛਾ ਹਾਂਜੀ, ਠੀਕ ਵੀਰ ਜੀ, ਅਸੀਂ ਤੁਹਾਨੂੰ ਕਹੀਏ 30 ਕਿਲੋ 30 ਕਿਲੋ ਦਊਗੀ ਫਿਰ ਚੰਗੇ ਦਿਨ ਲੱਗੀ। ਆਹੋ, ਤੇ ਅਗਲੇ ਦੀ ਸਾਂਭ ਤੇ ਸਾਂਭ ਆ। ਤੇ ਜਿਹੜੀ ਹੁਣ ਆ ਜਰਸੀ ਆ, ਇਹਦਾ ਕਿੰਨਵਾ ਸੂਆ ਜੇ? ਇਹ ਵੀਰ ਜੀ ਦੂਜਾ ਕੱਦ ਕਾਠ ਤੇ ਇਹਦਾ ਵੀ ਉਹਦੇ ਜਿੱਡਾ ਹੀ ਜੇ। ਬੋਲਿਆ ਵੀਰ ਜੀ ਵੱਡੀ ਜਰਸੀ ਆ ਪੰਜਾਬ ਵਾਲੀ, ਐਚਐਫ ਗਾਵਾਂ ਤਾਂ ਵਿੱਚ ਆ ਜੇ ਕੱਦ ਇਹਦਾ। ਕੁਆਲਿਟੀ ਵੇਖੋ ਨਾ,
ਠੀਕ ਹੈ ਜੀ, ਉਹਦਾ ਚਵਾ ਦਿਖਾਈ ਦੇਈਏ ਇੱਕ ਵਾਰੀ ਆਪਾਂ। ਬਾਕੀ ਨਾਲੇ ਮੌਸਮ ਵੀ ਹੁਣ ਠੰਡਾ ਵਾ, ਇਸ ਕਰਕੇ ਵੀ ਨਵਾਈਆਂ ਕੱਲ ਦੀ ਸੂਈ ਆ। ਅੱਛਾ, ਬੱਚਾ ਵੇਖੋ ਲੈ ਵੀ ਚਲੋ ਠੰਡ ਠੁੰਡ ਕਰਕੇ ਥੋੜਾ ਜਿਹਾ ਉਹ ਜਿਹਾ ਆਇਆ ਵਾ, ਅਗਲੇ ਸਨਾ ਦਾ ਵੀ ਫਿਰ ਤੋਂ ਦਿਖਾ ਦੇ। ਥੋੜੀ ਜਗ੍ਹਾ ਜੀ, ਥੋੜੀ ਜਗ੍ਹਾ ਦੀ ਪ੍ਰੋਬਲਮ। ਚਲੋ ਠੀਕ ਹੈ ਵੀਰ ਜੀ, ਕੋਈ ਲੱਤ ਛਾੜਨੀ ਚਵਾਈ ਜਾਊਗੀ ਦੁੱਧ ਵੀਰ ਜੀ, ਇਹਨੇ 20 ਤੋਂ ਪਲੱਸ ਹੀ ਕਰਨਾ। ਠੀਕ ਹੈ ਜੀ, ਹਾਂਜੀ ਇਹਦੇ ਵੀ ਦੇਖ ਸਕਦੇ ਉਹ ਬੱਚਾ ਜਿਹੜਾ ਵਾ ਪਹਿਲੇ ਨੰਬਰ ਵਾਲੀ ਗਾਂ ਦਾ ਵਾ, ਤੇ ਆਹ ਬੱਚਾ ਜਿਹੜਾ 2 ਨੰਬਰ ਵਾਲੀ ਗਾਂ ਦਾ ਗਿੱਲਾ ਹੀ ਨਾੜੂਗਾ ਜੀ। ਲੈ ਵੀਰ ਜੀ ਅੱਜ ਇਹਨੂੰ ਦੂਜਾ ਦੇਣਾ, ਪਰਸੋਂ ਦੀ ਸੂਈ ਖੋਲੋ ਹਾਂ ਫਿਰ ਤੋਰੀਏ। ਪੂਰੇ ਵੱਡੇ ਕੱਦ ਕਾਠ ਦੀ ਜਰਸੀ ਆ ਜਿਹੜੀ ਚੰਗੀ ਤਿਆਰ ਹੋਈ ਆ ਥੱਲੇ। ਦੁੱਧ ਇਹ ਵੀ ਜਿਹੜਾ ਕਹਿੰਦੇ ਕਿ 20 ਲੀਟਰ ਦੀ ਚਵਾ ਦੂਗੀ। ਬਾਕੀ ਥਣਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ, ਆਹ ਦੇਖ ਸਕਦੇ ਜੀ ਪੂਰੀ ਵੱਡੀ ਹਾਈਟ ਦੀ ਜਰਸੀ ਆ। ਲੈ ਜਾਓ ਵੀਰ ਜੀ, ਇਹਦਾ ਵੀਰ ਜੀ ਕੀ ਰੱਖਣਾ ਆਪਾਂ ਮੁੱਲ? 65,000 ਰੁਪਇਆ ਕਰਦੇ ਆ। ਅੱਛਾ, ਬਾਕੀ ਰਾਜੀ ਰੂਜੀ ਇਹ ਵੀ ਪੂਰੀ ਹੈ। ਬਾਕੀ ਇੱਕ ਮਿੰਟ ਵਿੱਚ ਰੋਕ ਜਾ, ਥਾਣੇ ਮੇਰੇ ਦੇਖ ਸਕਦੇ ਲਾਗੇ ਤੋਂ। ਬਾਕੀ ਇੱਕ ਸ਼ਾਂ ਜੀ ਲਾਗੇ ਲੱਗੀ ਉਹ ਵੱਖਰੀ ਆ ਜਿਹੜੀ, ਬਾਕੀ ਥਾਣੇ ਜਿਹੜਾ ਕਾਫੀ ਚੰਗਾ ਲੱਗਾ ਜਿੱਦਣ ਇਹ ਤਿਆਰ ਹੋਈ, ਕਮਾਲ ਹੀ ਤਿਆਰ ਹੋਣੀ ਹੈ ਇਹ ਵੀ। ਲੈ ਜਾਓ ਵੀਰ ਜੀ, ਪੂਰੀ ਤਿਆਰ ਹੋਣੀ ਹੈ ਥੱਲੇ। ਇਹਦਾ ਕੀ ਰੱਖਣਾ ਆਪਾਂ ਮੁੱਲ? ਇਹਦਾ ਮੁੱਲ ਇਹਦਾ 55,000 ਚ ਮਾਨਦਨ ਕਰ। ਚਲੋ ਬਾਕੀ ਕੋਈ ਫੋਨ ਲਾਵੇ ਹਨਾ। ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਐਂਡ ਤੇ ਇਹ ਤੋਕੜੇ, ਲਿਆ ਖੋਲੋ ਹਾਂ ਇਹਨੂੰ ਵੀ ਤੋੜ ਦੀ। ਇਹਦੇ ਕੋਲ ਕਿੰਨਾ ਹੀ ਦੁੱਧ? ਇੱਕ ਉਹ ਵੀਰ ਜਿਹੜਾ ਪੱਕਾ ਦੁੱਧ 5 ਕਿਲੋ। ਇੱਧਰ ਦੇਖੋ ਧਾਰਾ ਮਾਰਦੀ, ਦੇਖੋ
ਹਾਂ ਦੇਖ ਸਕਦੇ ਜੀ ਭੋਲੀ ਬਹੁਤ ਆ। ਠੀਕ ਹੈ ਜੀ, ਤੇ ਇਹਨੇ ਵੀ ਸੱਜਣ ਨੇ ਚੰਗਾ ਦੁੱਧ ਚਵਾਇਆ ਹੋਣਾ ਵਾ। ਇਹ ਵੀਰ ਜੀ 22-23 ਕਿਲੋ ਦੁੱਧ ਕਰਦੀ ਰਹੀ ਆ। ਚਲੋ ਹੁਣ ਤੇ ਤੋਕੜ ਹੋ ਗਈ ਆ। ਠੀਕ ਹੈ ਜੀ, ਬਾਕੀ ਇੱਕ ਗੱਲ ਹੋਰ ਆ। ਹਾਂਜੀ, ਇਹਨੂੰ ਵੀਰ ਜੀ 1 ਮਹੀਨਾ ਤੇ 5-7 ਦਿਨ ਹੋ ਗਏ ਬਣੀ ਨੂੰ। ਅੱਛਾ, ਹਾਂਜੀ 1 ਮਹੀਨਾ 5-7 ਦਿਨ ਇਹਨੂੰ ਬਣੀ ਨੂੰ ਵੀ ਹੋ ਗਏ ਆ। 5 ਕਿਲੋ ਦੁੱਧ ਹੈ ਜਿਹੜਾ ਇਹਦੇ ਕੋਲ। ਬਾਕੀ ਜਿਹੜੇ ਹਿਸਾਬ ਨਾਲ ਜੇ ਕੋਈ ਸਾਂਭ ਵਾਲਾ ਕੋਈ ਲੈ ਜਾਏ ਤਾਂ ਉਹ ਸਾਰਾ ਦੁੱਧੋਂ ਵੱਧ ਵੀ ਜਾਵੇ। ਚੰਗੇ ਬੋਡੀ ਸਟਰਕਚਰ ਦੀ, ਚੰਗੇ ਕੱਦ ਕਾਠ ਵਾਲੀ ਬੈਠ ਹੈ ਜਿਹੜੀ, ਇਹ ਵੀ ਲੈ ਜਾਵੇ ਜੀ। ਬਾਕੀ ਤੁਹਾਨੂੰ ਸੁਣਾ, ਹਾਂ ਦੇਖ ਸਕਦੇ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਬਿਲਕੁਲ ਜਿੱਥੇ ਦੇ ਹੀ ਦੇਣੀ ਹੈ 200 ਛੋਟ 8000 ਦੀ ਦੇ ਦੋਗੇ। ਠੀਕ ਹੈ ਜੀ, ਬਾਕੀ ਕੋ ਵੀਰ ਫੋਨ ਲਾਵੇ ਨਾ, ਬਾਕੀਆਂ ਚੋਂ ਮਾਨਤਾਂ ਨੂੰ ਜੁਗੇ ਤਸੱਲੀ ਕਰਕੇ ਖੜੇ ਕਿਸੇ ਵੀਰ ਨੇ ਉਦਾਂ ਮੰਗਾਉਣੀ, ਚਲੋ ਉਹਦੀ ਮਰਜ਼ੀ ਆ, ਨੇ ਤਸੱਲੀ ਤਸੱਲੀ ਕਰਕੇ ਖੜੇ ਹਨ, ਤਸੱਲੀ ਕਰਕੇ ਖੜੇ ਵੀਰ ਜੀ। ਆਪਾਂ ਭਾਵੇਂ 4 ਡੰਗ ਚੋਵੇ, 5 ਡੰਗ ਚੋਵੇ, ਠੀਕ ਉਹ ਦੱਸਾਂਗੇ, ਉਹ ਨਿਕਲੂਗਾ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਵੇਸ ਚੱਕ ਕੇ ਆਪਣੀ ਸਮੇਂ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।